ਦੋਸਤੋ ਹੁਣ ਇਹ ਪੁੱਲ ਨਹੀਂ ਹੈਗਾ ਪੁੱਲ ਨਹੀਂ ਹੈਗਾ ਥੋੜੀ ਦੇਰ ਬਾਅਦ ਇਹ ਪੁੱਲ ਬਣ ਜਾਣਾ ਹਾਂ ਉਹਦੇ ਵਿੱਚੋਂ ਦੇ ਲੰਘਣਾ ਫਿਰ ਅਸੀਂ ਅਜੂਬਾ ਅਜੂਬਾ ਆਪਣਾ ਸ਼ਿਫਟੜਾ ਸਾਹਮਣੇ ਇਹਦੇ ਵਿੱਚ ਚੜ੍ਹ ਕੇ ਆਪਾਂ ਜਾਣਾ ਹੈ ਅਸੀਂ ਸਫ਼ਰ ਹੈਗਾ 2.5 ਘੰਟੇ ਦੇਖੋ ਜੀ ਹੁਣ ਪੁੱਲ ਬਣ ਜਾਣਾ ਇਹਦਾ ਅਤੇ ਅਸੀਂ ਇਹਦੇ ਉੱਤੋਂ ਦੀ ਲੰਘ ਜਾਣਾ ਫਿਰ ਯਾਨੀ ਕਿ ਇਹਨਾਂ ਨੇ ਸਾਡਾ ਫਾਇਦਾ ਕੀਤਾ ਉੱਧਰੋਂ ਦੀ ਅਸੀਂ ਘੁੰਮ ਕੇ ਨਾ ਕੋਈ ਖਾਸ ਨਹੀਂ ਕਿਲੋਮੀਟਰ ਪੈ ਜਾਣਾ ਦੋ ਮੀਟਰ 50 ਸੈਂਟ ਕੁਰਕਿਆ ਲੰਘ ਸਕਦੀ ਹੈ ਬਾਕੀ ਉੱਚੀ ਉਸ ਤੋਂ ਓਨਲੀ ਫੋਰ ਅਸ ਆਪਣੇ ਮੈਨੂੰ ਲੱਗਦਾ ਹੈ ਜਿਹੜਾ ਸਵੇਰ ਵਾਲਾ ਚੱਲਿਆ ਸੀ ਉਹ ਆ ਗਿਆ ਨਹੀਂ ਜਿਹੜਾ ਹੈਲਸਿੰਕੀ ਤੋਂ ਚੱਲਿਆ ਸਵੇਰ ਆ ਗਏ ਸੀ ਅਸੀਂ ਇਹਦੇ ਵਿੱਚ ਵੜਨਾ ਯਾਰ ਇਹਦੇ ਆਹੀ ਇੱਥੋਂ ਹੀ ਨਿਕਲੇ ਸੀ ਇਹ ਹੁਣ 11 ਵਾਲਾ ਆਇਆ ਮੈਨੂੰ ਲੱਗ ਉਹ ਜਿਹੜਾ ਆਉਂਦਾ ਨਾ ਦੁਪਹਿਰ ਨੂੰ ਉਹ ਆਇਆ ਹਾਂ ਇਹਨੇ ਹੁਣ ਦੋ ਵਾਲੇ ਚੱਕਣੇ ਨੇ ਬੰਦੇ ਜਿਹੜੇ ਦੋ ਵਾਲੇ ਕਹਿੰਦੇ ਅਸੀਂ 2 ਵਜੇ ਜਾਣਾ ਹਾਂ ਉੱਥੇ ਕੀ ਆ ਉਹਦੇ ਕੋਲੋਂ ਨਹੀਂ ਤਾਂ ਲੰਘ ਕੇ ਗਏ ਸੀ ਚੱਲ ਚਲੇ ਚੱਲਦੇ ਹਾਂ 1:30 ਵਜੇ ਆ ਜੇ ਪਰਲੇ ਪਾਸਿਆਂ ਦੀ ਗਏ ਅਸੀਂ ਇਹ ਹੋ ਸਕਦਾ ਜਿਹੜਾ 2 ਵਜੇ ਜਾਣਾ ਹੋਵੇ ਉਹ ਹੀ ਹੋਵੇ
ਤੇ ਕੇਸਾ ਲੋਮ ਕਰਕੇ ਵੀ ਰਸ਼ ਹੈ ਪੁੱਛਣਾ ਹੁਣ ਪਹਿਲਾਂ ਤੇ ਇੱਥੋਂ ਹੀ ਵੜੇ ਸੀ ਅਸੀਂ ਆ ਗਏ ਇੱਥੇ ਵੀ ਆਉਂਦਾ ਯਾਰ ਉਹ ਜਿਹੜਾ ਇੱਥੋਂ ਬਹੁਤ ਸਾਰੇ ਲਾਈ ਆਪਣਾ ਸ਼ਿਪ ਜਾਂਦੇ ਆ ਹੁਣ 1-2 ਵਜੇ ਜਾਣਾ ਫਿਰ 3:30 ਵਜੇ ਜਾਣਾ ਇੱਕ ਸਵੇਰੇ ਗਿਆ ਕਾਫੀ ਸ਼ਿਪ ਸਵੀਡਨ ਨੂੰ ਅਤੇ ਆਪਣਾ ਇੱਥੋਂ ਫਿਨਲੈਂਡ ਇੱਥੋਂ ਮੇਰਾ ਖਿਆਲ ਜਰਮਨੀ ਨੂੰ ਵੀ ਜਾਂਦੇ ਆ ਕਈ ਪਾਸੇ ਜਾਂਦੇ ਆ ਸੋ ਸਾਡੇ ਸ਼ਿਪ ਚੱਲਣ 'ਚ ਰਹਿ ਗਏ ਆ 2 ਘੰਟੇ 1:30 ਵੱਜ ਗਿਆ ਅਤੇ 3:30 ਸਾਡਾ ਸ਼ਿਪ ਚੱਲਣਾ ਅਤੇ 2.5 ਘੰਟੇ ਦੇ ਵਿੱਚ ਉਹਨੇ ਸਾਨੂੰ ਹੈਲਸਿੰਕੀ ਪਹੁੰਚਾ ਦੇਣਾ ਅਤੇ ਉਸ ਤੋਂ ਬਾਅਦ ਫਿਰ ਅਸੀਂ ਉੱਥੋਂ ਫੜਨੀ ਆ ਟ੍ਰੇਨ ਸੋਰੀ ਬੱਸ ਫੜ ਕੇ ਅਤੇ ਅਸੀਂ ਜਾਣਾ ਕਾਂਪਰੇ ਅਤੇ ਕਾਂਪਰੇ ਤੋਂ ਫਿਰ ਸਾਡਾ ਬੱਚਾ ਸਾਨੂੰ ਲੈਣ ਆ ਜੂਗਾ ਕੋਈ ਵੀ ਦੋਵਾਂ 'ਚੋਂ ਇੱਕ ਤਾਂ ਤਾਂਪਰੇ ਰਹਿੰਦਾ ਜੇ ਉਹਦੇ ਕੋਲ ਟਾਈਮ ਹੋਇਆ ਉਹ ਆਜੂਗਾ ਨਹੀਂ ਤਾਂ ਨੌਕੀ ਵਾਲਾ ਆਜੂਗਾ ਅਤੇ ਅਸੀਂ ਪਹੁੰਚਾਂਗੇ 10 ਵਜੇ ਅਸੀਂ ਤਾਂਪਰੇ ਪਹੁੰਚਣਾ ਅਤੇ ਉਸ ਤੋਂ ਬਾਅਦ ਅਸੀਂ ਤਕਰੀਬਨ 10:30 ਵਜੇ ਘਰ ਪਹੁੰਚਾਂਗੇ ਅਤੇ ਅਸੀਂ ਸਾਡਾ ਵੀਕਐਂਡ ਦਾ ਇੰਜੋਏ ਬਹੁਤ ਅੱਛਾ ਲੱਗਿਆ ਪਹਿਲੇ ਨਾ ਆ ਕੇ ਸਾਨੂੰ ਸਵੇਰੇ ਤਾਂ ਸਾਨੂੰ ਬਹੁਤ ਬੁਰਾ ਲੱਗਿਆ ਥੋੜ੍ਹਾ ਜਿਹਾ ਕਿਉਂਕਿ ਸਾਨੂੰ ਉਹ ਬਾਜ਼ਾਰ ਅਜੇ ਖੁੱਲ੍ਹਾ ਨਹੀਂ ਸੀ ਹੈਗਾ ਅਤੇ ਅਸੀਂ ਪੁਰਾਣੀ ਸਿਟੀ ਚਲੇ ਗਏ ਟਿਕਟਾਂ ਦੋ ਲੈ ਲਈ ਜਿੱਥੇ ਚੱਲੂੰਗੀ ਚੱਲੇਂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਆ ਪਾਸਪੋਰਟ ਕਿਹੜੇ ਲਈ ਫਿਰਦੀਆਂ ਤੂੰ 2:30 ਵਜੇ ਓਪਨ ਕਰਨੇ ਆ ਇਹਨਾਂ ਨੇ ਓਕੇ ਤਾਂ 1 ਘੰਟਾ ਸਾਡੇ ਕੋਲ ਕੰਮ ਫਾਸਟ ਲਓ ਜੀ ਸ਼ਿਪ ਤੁਰ ਪਿਆ ਸਾਡਾ ਇਹ ਮੁੜ ਰਿਹਾ ਜੀ ਉਹ ਕੱਟ ਮਾਰ ਰਿਹਾ ਆਇਆ ਜੀ ਐਸਟੋਨੀਆ ਅਜੇ ਤਾਂ ਉੱਥੇ ਤੁਰਿਆ ਫਿਰਦਾ ਸ਼ਿਪ ਮੁੜ ਰਿਹਾ ਜਾ ਰਹੇ ਹਾਂ ਸਮੁੰਦਰ
ਬਹੁਤ ਹਵਾ ਚੱਲ ਰਹੀ ਇੱਥੇ ਤਾਂ ਠੰਡੀ ਉੱਪਰ ਜਾਣਾ ਅਜੇ ਆ ਭੂਆ ਚੱਲ ਆ ਜਾ ਚੱਲ ਯਾਰ ਮੁੜ ਚੱਲ ਹੈਲੋ ਮੇਰੀ ਕੁਲਫੀ ਜੰਮ ਜਾਣੀ ਆ ਉੱਥੇ ਤੱਕ।